ਕੀਤੀ ਆ ਉਹਦਾ 21 ਤਰੀਕ ਨੂੰ ਸ਼ਾਮ ਨੂੰ ਕਰੀਬ 8:30 ਵਜੇ ਦੇ ਆਸ ਪਾਸ ਕਤਲ ਕਰ ਦਿੱਤਾ ਸੀਗਾ ਜਿਹਦੀ 21-22 ਦੀ ਰਾਤ ਨੂੰ ਡੈੱਡ ਬੋਡੀ ਮਿਲੀ ਸੀਗੀ। ਉਹਦੇ 'ਚ ADCP 2 ਨੇ ਜਸਕਿਰਨ ਤੇਜਾ ਜੀ, ACP ਸਾਊਥ ਨੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਜਿਹਦੇ ਵਿੱਚ ਚੌਕੀ ਇੰਚਾਰਜ ਸ਼ਹੀਦ ਭਗਤ ਸਿੰਘ ਨਗਰ, ਇਹਨਾਂ ਨੇ ਕਾਫੀ ਡੂੰਘਾਈ ਦੇ ਵਿੱਚ ਤਫਤੀਸ਼ ਕੀਤੀ ਜਿਹਦੇ ਵਿੱਚ ਇਹ ਤੱਥ ਆਏ ਹੁਣ ਤੱਕ ਦੀ ਤਫਤੀਸ਼ 'ਚ ਕਿ ਸੁਨੀਤਾ ਦੇਵੀ ਹੈ ਜਿਹੜੀ ਇਹਦੀ ਵਾਈਫ ਆ ਸੁਨੀਲ ਕੁਮਾਰ ਦੀ ਮਰਨ ਵਾਲੀ, ਉਹਨੇ ਔਰ ਇੱਕ ਮਨਦੀਪ ਸਿੰਘ ਨਾਮ ਦੇ ਸ਼ਖਸ ਨੇ ਇਹਨਾਂ ਨੇ ਕੋਂਸਪੀਰੇਸੀ ਕਰਕੇ ਫਿਰ ਇਹਨਾਂ ਨੇ ਫਰਦਰ ਅੱਗੇ ਇਹਦੇ ਵਿੱਚ ਜਿਹੜੇ ਹੁਣ ਤੱਕ ਅਸੀਂ ਅਰੈਸਟ ਕੀਤੇ ਆ ਉਹ ਸੁਨੀਤਾ ਦੇਵੀ, ਮਨਦੀਪ ਸਿੰਘ, ਇੱਕ ਸਨੀ ਕੁਮਾਰ ਆ, ਇੱਕ ਰਮਨ ਰਾਜਪੂਤ ਆ, ਔਰ ਇੱਕ ਪ੍ਰਕਾਸ਼ ਕੁਮਾਰ ਆ। ਇਹ 4 ਔਰ ਇੱਕ 5 ਜਣੇ ਅਸੀਂ ਅਰੈਸਟ ਕੀਤੇ ਆ ਔਰ ਇਹਨਾਂ ਦਾ ਜਿਹੜਾ ਮੇਨ ਜਿਹਨੇ ਇਹਨਾਂ ਨੂੰ ਬੰਦਿਆਂ ਨਾਲ ਮਿਲਾਇਆ ਉਹ ਇੱਕ ਰਮਨ ਰਾਜਪੂਤ ਨਾਮ ਦਾ ਵਿਅਕਤੀ ਹੈ ਜਿਹੜਾ 307 ਦੇ ਕੇਸ ਦੇ ਵਿੱਚ, ਟਿੱਬਾ ਥਾਣੇ ਦੇ 307 ਦੇ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਆ। ਉਹਨੂੰ ਵੀ ਅਸੀਂ 120B ਦੇ ਵਿੱਚ ਰੱਖਿਆ, ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਵਾਂਗੇ ਔਰ ਜਿਹੜੀ ਇਹਦੀ ਤਫਤੀਸ਼ ਮੁਕੰਮਲ ਕੀਤੀ ਜਾਊਗੀ। ਜਿਹੜੀ ਇਹਨਾਂ ਨੇ ਜੈਨ ਕਾਰ ਯੂਜ਼ ਕੀਤੀ ਸੀ ਇਸ ਕ੍ਰਾਈਮ ਦੇ ਵਿੱਚ, ਉਹ ਪਲੱਸ ਚੇਨ ਦੇ ਉੱਤੇ ਟਿਊਬ ਲਾ ਕੇ ਇਹਨਾਂ ਨੇ ਉਹਦਾ ਉਹਨੂੰ ਸਟਰੈਂਗੂਲੇਟ ਕੀਤਾ ਸੀ ਉਹ, ਔਰ ਉਹਦਾ ਪਰਸ ਮਰਨ ਵਾਲੇ ਦਾ, ਉਹ ਜਿਹੜੀਆਂ ਚੀਜ਼ਾਂ ਨੇ ਉਹ ਬਰਾਮਦ ਕਰ ਲਈਆਂ ਇਹਨਾਂ ਦੇ ਕੋਲੋਂ ਔਰ ਬਾਕੀ ਜਿਹੜੀ ਇਹਦੀ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ ਟੀਮ ਔਰ ਜਿਹੜੇ ਹੋਰ ਤੱਥ ਹੋਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਮਕਸਦ ਜੋ ਹੁਣ ਤੱਕ ਦੀ ਤਫਤੀਸ਼ 'ਚ ਆਇਆ ਵਾ ਕਿ ਜਿਹੜੀ ਇਹਦੀ ਵਾਈਫ ਸੀਗੀ ਉਹਦੇ ਕਿਸੇ ਨਾਲ ਮਨਦੀਪ ਸਿੰਘ ਨਾਮ ਦੇ ਬੰਦੇ ਨਾਲ ਰਿਲੇਸ਼ਨ ਸੀਗੇ ਔਰ ਇਹ ਉਸ ਤੋਂ ਬਾਅਦ ਦੇ ਵਿੱਚ ਇਹਦੇ ਹਸਬੈਂਡ ਨੂੰ 1 ਮਹੀਨਾ ਪਹਿਲਾਂ ਪਤਾ ਲੱਗਿਆ ਸੀ, ਜਿਸ ਕਰਕੇ ਇਹਨੂੰ ਕਾਫੀ ਤੰਗ ਪਰੇਸ਼ਾਨ ਕਰਦਾ ਸੀ, ਕੁੱਟਦਾ ਮਾਰਦਾ ਸੀਗਾ। ਸੋ ਉਹਨੇ ਹੀ ਇੰਸਟੀਗੇਟ ਕੀਤਾ ਇਹਨੂੰ ਮਨਦੀਪ ਸਿੰਘ ਨੂੰ ਔਰ ਦੋਨਾਂ ਨੇ ਕੋਂਸਪੀਰੇਸੀ ਕਰਕੇ ਫਿਰ ਬਾਕੀ ਦੇ ਬੰਦੇ ਜਿਹੜੇ ਸੀਗੇ ਉਹਨਾਂ ਦੀ ਮਦਦ ਲੈ ਕੇ ਫਿਰ ਇਹਨੂੰ ਉਸ ਕੋਂਸਪੀਰੇਸੀ ਕਰਕੇ ਮਰਵਾਇਆ ਇਸ ਬੰਦੇ ਨੂੰ। ਜੀ ਸਰ, ਕ੍ਰਿਮੀਨਲ ਹੈ ਜਾਂ ਪਹਿਲੀ ਵਾਰ ਇੰਸੀਡੈਂਟ? ਅਜੇ ਤੱਕ ਜੋ ਹੁਣ ਤੱਕ ਆਇਆ ਮਨਦੀਪ ਸਿੰਘ ਦੇ ਖਿਲਾਫ ਇੱਕ 420 ਦਾ ਕੇਸ ਆ ਜਿਹਦੇ ਵਿੱਚ ਉਹ ਜੇਲ੍ਹ 'ਚ ਰਿਹਾ ਸੀਗਾ, ਉੱਥੇ ਹੀ ਉਹਨੂੰ ਰਮਨ ਰਾਜਪੂਤ ਨਾਮ ਦਾ ਜਿਹੜਾ ਬੰਦਾ, ਪੰਕਜ ਰਾਜਪੂਤ ਨਾਮ ਦਾ ਜਿਹੜਾ ਬੰਦਾ ਹੈ, ਜੇਲ੍ਹ ਦੇ ਵਿੱਚ ਹੀ ਮਿਲਿਆ ਸੀਗਾ। ਬਾਕੀ ਅਜੇ 3 ਜਣਿਆਂ ਨੂੰ ਅਸੀਂ ਕੱਲ੍ਹ ਰਾਤ ਅਰੈਸਟ ਕੀਤਾ, 2 ਨੂੰ ਅੱਜ ਸਵੇਰ ਅਰੈਸਟ ਕੀਤਾ ਔਰ ਇਹਨਾਂ ਦਾ ਬਾਕੀ ਦਾ ਕ੍ਰਿਮੀਨਲ ਰਿਕਾਰਡ ਅਜੇ ਅਸੀਂ ਚੈੱਕ ਕਰ ਰਹੇ ਹਾਂ।